ਉਹ ਕਿੱਥੇ ਰਹਿ ਗਈ ਆ? ਹਾਂਜੀ ਹਾਂਜੀ ਲਿਆਈ। ਆ ਜਾ, ਪਤਾ ਨਹੀਂ ਕੀ ਕਰਦੀ ਰਹਿੰਦੀ ਆ। ਆ ਕੀ ਆ, ਕੱਲੀ ਰੋਟੀ? ਦਹੀਂ ਦੁਹੀਂ ਨੀ ਨਾਲ ਹੈਗਾ? ਨਹੀਂ ਦਹੀਂ ਤੇ ਹੈਗਾ ਵਾ, ਲਿਆਉਣੀ ਹੁਣ। ਲਿਆ ਫਿਰ ਜਲਦੀ ਲੈ ਆਈ ਹੁਣ। ਦਹੀਂ ਆ ਹੀ ਲੈਂਦੇ ਫਿਰ ਹੀ ਖਾਣਾ। ਉਹ ਲੈ ਆ, ਜਨਾਨੀਆਂ ਵੀ ਪਤਾ ਨੀ ਕੀ ਕਰਦੀਆਂ ਰਹਿੰਦੀਆਂ। ਇੱਕ ਰੋਟੀ ਖਵਾਉਣੀ ਬੰਦੇ ਨੂੰ, ਉਹ ਵੀ ਨਹੀਂ ਇਹਨਾਂ ਕੋਲ ਪੱਕਦੀ ਟਾਈਮ ਨਾਲ, ਇਹਦਾ ਦਿਮਾਗ ਹੀ ਖਰਾਬ ਕਰ ਦਿੰਦੀਆਂ। ਤੈਨੂੰ ਪਤਾ ਵਾ ਮੈਂ ਦਹੀਂ ਦੇ ਖੰਡ ਪਾ ਕੇ ਖਾਣਾ ਵਾ, ਤੇ ਖੰਡ ਕਿਉਂ ਨੀ ਪਾਈ ਹੁਣ? ਤੈਨੂੰ ਕੱਲੀ ਕੱਲੀ ਚੀਜ਼ ਸਮਝਾਉਣੀ ਪਊਗੀ। ਲਿਆ ਖੰਡ ਭੱਜ ਗਏ, ਤੁਹਾਨੂੰ ਸ਼ੂਗਰ ਆ, ਮੈਂ ਤਾਂ ਕਰਕੇ ਨਹੀਂ ਪਾਈ ਖੰਡ। ਮੈਂ ਥੋੜੀ ਦੇਰ ਪਾਉਂਦਾ ਨਾ, ਉਹਨੇ ਕਹਿੰਦਾ ਰੋਟੀ ਭਾਵੇਂ ਠੰਡੀ ਹੋ ਜੇ। ਇਹ ਜਨਾਨੀ ਦਾ ਪਤਾ ਨਹੀਂ ਦਿਮਾਗ ਕਿੱਥੇ ਗਿਆ। ਲੈ ਆਹ ਰੋਟੀ ਪਕਾਈ ਇਹਨੇ, ਲੂਣ ਤੇ ਪਾਇਆ ਨੀ, ਫੂਕਿਆ ਨੀ ਇਹਦੇ। ਆ ਕੀ ਆ, ਕੀ ਹੋਇਆ ਇੱਥੇ? ਲੂਣ ਕਿਹਨੇ ਪਾਉਣਾ? ਮੈਂ ਪਾਉਣਾ ਜਾਣ ਕੇ ਉੱਥੇ ਕਰਦੀ ਕਿ ਪਈ ਉਹਨੂੰ ਪਾਗਲ ਕੀਤਾ ਇਹਨੇ। ਧਿਆਨ ਕਿੱਥੋਂ ਗਿਆ ਤੇਰਾ? ਉਹ ਇੰਨੇ ਗੁੱਸੇ ਚ ਕਿਉਂ ਨੇ? ਫਿਰ ਬਣਾ ਲਿਆਉਣੀ ਆ ਪਰੌਂਠੀ ਆ। ਆ ਸਾਰੀ ਦਿਹਾੜੀ ਬਸ ਰੋਟੀਆਂ ਖਾਊਗਾ ਕਿ ਮੈਂ ਇੱਥੇ ਰਹੂੰਗਾ? ਕੰਮ ਨੀ ਕਰਨਾ ਪਈ ਮੈਂ ਜਾ ਕੇ, ਹੁਣ ਬਣਾਵਾਂਗੇ ਨਾ ਰਹਿਣ ਦਾ? ਰਹਿਣ ਦੇ, ਹੁਣ ਹੋਣੀ ਮੈਂ ਖਾਣੀ, ਬਣਾਵਾਂਗੇ ਰਹਿਣ ਦਾ। ਨਾ ਇਹਨੂੰ ਅਕਲ, ਨਾ ਇਹਨੂੰ ਮੌਤ। ਪਤਾ ਨੀ ਕਿਹੋ ਜਿਹੀ ਜਨਾਨੀ ਮੇਰੇ ਪੱਲੇ ਪਾਤੀ ਇਹਨਾਂ ਨੇ, ਮਾਸਾ ਮਾੜੀ ਮੋਟੀ ਅਕਲ ਹੀ ਦੇ ਦਿੰਦੇ ਤੈਨੂੰ। ਬੋਲਦੀ ਨੀ ਹੁਣ, ਬੁੱਤ ਬਣ ਕੇ ਖਲੋ ਗਈ ਆ। ਨਾ ਕੋਈ ਦਿੱਤਾ ਨਾ ਕੋਈ ਲਿੱਤਾ ਉਹਨਾਂ ਨੇ ਮੈਨੂੰ, ਨੰਗ ਮੇਰੇ ਸਹੁਰੇ ਨੰਗ ਹੈਗੇ ਮੇਰੇ ਸਹੁਰੇ, ਬੁੱਤ ਬਣ ਕੇ ਖਲੋਤੀ ਹੁਣ। ਨੰਗ ਆ ਜਿਹੜਾ ਬਿਜ਼ਨਸ ਕਰਾਉਂਦੇ ਜੇ, ਉਹ ਕਿੱਥੋਂ ਆਇਆ ਜੇ? ਉਹਨਾਂ ਨੇ 10 ਲੱਖ ਦਿੱਤਾ ਸੀ ਤੇ ਬਿਜ਼ਨਸ ਸਟਾਰਟ ਕੀਤਾ ਸੀ ਤੁਸੀਂ, ਤੇ ਸਾਨ ਕੀਤਾ ਫਿਰ ਤੇ? ਐਸ ਵੀ ਤੂੰ ਲੈਣ ਨਹੀਂ ਆ, ਬਿਜ਼ਨਸ ਕਰਾ ਕੇ ਦਿੱਤਾ ਉਹਨਾਂ ਨੇ, ਸਾਨ ਕੀਤਾ ਸੀ ਫਿਰ ਤੇ ਉਹਨਾਂ ਨੇ? ਉਹਨਾਂ ਨੇ ਮੈਨੂੰ ਦਿੱਤੇ ਪੈਸੇ? ਮੈਨੂੰ ਥੋੜਾ ਦਿੱਤੇ ਉਹਨਾਂ ਨੇ, ਆਪਣੀ ਧੀ ਨੂੰ ਦਿੱਤੇ ਸੀ। ਓਹੋ, ਧੀ ਨੂੰ ਦਿੱਤੇ ਭਾਵੇਂ ਜਿਹਨੂੰ ਮਰਜ਼ੀ ਦਿੱਤੇ ਨਾ ਤੁਹਾਨੂੰ ਹੀ ਨਾ, ਕਿ ਬਿਜ਼ਨਸ ਸਟਾਰਟ ਹੋ ਜਾਏਗਾ। ਅਕਸਰ ਉਹਨਾਂ ਨੇ ਆਪਣਾ ਪੁੱਤ ਸਮਝ ਕੇ ਦਿੱਤੇ ਨਾ ਤੁਹਾਨੂੰ। ਹਾਂ ਪੁੱਤ ਨੂੰ ਦਿੱਤੇ ਆ, ਜੇ ਪੁੱਤ ਨੂੰ ਦਿੱਤੇ ਹੁੰਦੇ ਨਾ ਉਹਨਾਂ ਨੇ, ਤੇ ਜਿਹੜੀ ਕਰੋੜਾਂ ਦੀ ਜਾਇਦਾਦ ਨਾ, ਕੋਈ 10-20 ਕਿੱਲੇ ਮੇਰੇ ਨਾਲ ਵੀ ਲਾਈ ਹੁੰਦੀ ਉਹਨਾਂ ਨੇ, ਤੇ ਮੈਨੂੰ ਵੀ ਪਤਾ ਲੱਗਦਾ ਵੀ ਮੈਨੂੰ ਕੁਝ ਦਿੱਤਾ ਉਹਨਾਂ ਨੇ। ਬੋਲਦੀ ਨੀ ਹੁਣ, ਹੁਣ ਕੀ ਸਾਬਤ ਹੋ ਗਿਆ ਤੈਨੂੰ? ਸਾਰਾ ਕੁਛ ਤੁਹਾਨੂੰ ਹੀ ਦੇਣਾ, ਉਹਨਾਂ ਨੇ ਆਪਣੇ ਬੱਚੇ ਨਹੀਂ ਪਾਲਣੇ, ਮੈਨੂੰ ਦੇਣਾ ਵਾ? ਨਹੀਂ, ਮੇਰਾ ਵਿਆਹ ਕਰਤਾ ਸੀ ਨਾ, ਉਹਨਾਂ ਦਾ ਇੰਨਾ ਹੀ ਹੱਕ ਬਣਦਾ ਸੀਗਾ। ਅਗੋ ਜਿਹੜਾ 10 ਲੱਖ ਉਹਨਾਂ ਨੇ ਦਿੱਤਾ ਵਾ, ਉਹ ਐਸੇ ਕਰਕੇ ਦਿੱਤਾ ਨਾ ਕਿ ਚੱਲ ਇਹ ਵੀ ਆਪਣੇ ਘਰ ਸੌਖੀ ਰਵੇ। ਤੂੰ 10 ਲੱਖ ਹੀ ਸੁਣਾਈ ਜਾਂਦੀ, ਪਤਾ ਨੀ ਕੀ ਦੇਤਾ ਉਹਨਾਂ ਨੇ ਮੈਨੂੰ, ਕਿਹੜੀ ਸੁੰਢ ਦੇਤੀ ਉਹਨਾਂ ਨੇ ਮੈਨੂੰ, ਕਿੰਨੀ ਸੈਡ ਲੱਦੀ ਉਹਨਾਂ ਦੀ ਆਪਣੇ ਘਰਦਿਆਂ ਦੀ। ਪਾਗਲ ਨਾ ਹੋਵੇ ਨਾ, ਮੇਰੀ ਗੱਲ ਸੁਣ ਲਾ, ਜਿਹੜੀਆਂ ਗੱਲਾਂ ਸਾਡੇ 'ਚ ਹੋ ਗਈਆਂ ਨਾ, ਕੋਈ ਬਾਹਰ ਨਹੀਂ ਜਾਣੀ ਚਾਹੀਦੀ ਕੋਈ ਵੀ। ਉਹਨਾਂ ਦਾ ਨਵਾਂ ਵਿਆਹ ਹੋਇਆ ਨਾ, ਜੇ ਕਿਤੇ ਬਾਹਰ ਚਲ ਗਈ ਗੱਲ, ਤੇ ਮੇਰੇ ਤੋਂ ਬੁਰਾ ਕੋਈ ਨੀ ਹੋਣਾ, ਤੇ ਡਾਂਗ ਮੇਰੇ ਕੋਲ ਇੱਥੇ ਹੀ ਪਈ ਆ, ਸ਼ਰਲੋਲ ਉਹ ਕਰੂੰਗਾ, ਯਾਦ ਪਿਆ ਕਰੇਗੀ। ਪਤਾ ਨੀ ਕੀ ਹਿਸਾਬ ਆ ਇਹਨਾਂ ਦਾ, ਆਂਦੇ ਬਸ ਪੇਕਿਓ ਸਾਰੇ ਜੇ ਕੋਈ ਦਈ ਜਾਣ ਆਣ ਕੇ ਇੱਥੇ, ਆਪ ਨਾ ਕੁਛ ਕਰਿਓ।
ਜੀਣਾ ਹੀ ਆਰਾਮ ਕਰ ਦਿੱਤਾ ਇੱਥੇ ਮੇਰਾ ਤੇ। ਇੱਕ ਹੋਰ ਆ ਗਈ ਆ, ਉਹਦਾ ਵੇਖੋ ਕੀ ਕਰਦੇ ਆ। ਮੈਂ ਤੇ ਕੁਛ ਕਹਿ ਵੀ ਨਹੀਂ ਸਕਦੀ ਉਹਨੂੰ, ਜੇ ਮੈਂ ਕੁਛ ਕਹਿਤਾ ਤੇ ਜੇ ਇੱਥੇ ਇਹਨਾਂ ਨੂੰ ਪਤਾ ਲੱਗ ਗਿਆ ਮੇਰੀ ਤਾਂ ਖੈਰ ਨਹੀਂ ਨਾ ਫਿਰ। ਆ ਗਏ ਹੋ ਅਮਨ, ਕੀ ਲੱਭੀ ਜਾਂਦੇ ਹੋ ਯਾਰ? ਓ ਯਾਰ ਮੈਂ ਫੋਨ ਪਤਾ ਨਹੀਂ ਕਿੱਥੇ ਰੱਖ ਲਿਆ ਸੀ, ਦੇਖਿਆ ਤੂੰ ਕਿਤੇ? ਅੱਛਾ ਫੋਨ ਲੱਭਦੇ ਪਏ, ਜ਼ਰੂਰੀ ਮੇਰੇ ਕੋਲ ਆਣੀ ਯਾਰ। ਗੱਲ ਤੇ ਸੁਣੋ ਯਾਰ, ਮੇਰੇ ਕੋਲ ਆ ਫੋਨ, ਇੱਥੇ ਬਹਿ ਕੇ ਮੇਰੀ ਗੱਲ ਤੇ ਸੁਣ ਲਓ। ਦੇ ਯਾਰ ਜਲਦੀ, ਮੈਂ ਕੋਲ ਨਹੀਂ ਬਹਿ ਜਾ ਕਰੋ ਕਿਤੇ, ਤੁਹਾਨੂੰ ਤੇ ਬਸ ਕੰਮ ਦੀ ਪਈ ਰਹਿੰਦੀ ਆ। ਮੇਰੀ ਗੱਲ ਸੁਣ, ਸ਼ਾਮ ਨੂੰ ਬੈਠ ਜਾਾਂਗੇ, ਤੈਨੂੰ ਪਤਾ ਕਿ ਕਿੰਨੀਆਂ ਛੁੱਟੀਆਂ ਕਰ ਲਈਆਂ। ਦੇ ਫੋਨ ਕਿੱਥੇ ਆ? ਛੁੱਟੀਆਂ ਕਰ ਲਈਆਂ ਤੇ ਵਿਆਹ ਦੀ ਤੇ ਲੋਕੀ ਛੁੱਟੀਆਂ ਲੈਂਦੇ ਆ। ਯਾਰ ਫੋਨ ਦੇ ਜਲਦੀ, ਮੈਨੂੰ ਕਾਲ ਕਰ ਲੈਂਦੇ ਫਿਰ ਬਹਿ ਜਾਾਂਗੇ। ਅੱਛਾ ਦੇ ਦਿੰਨੀ ਆ, 2 ਮਿੰਟ ਚੁੱਪ ਤੇ ਰਹੋ। ਦੇ ਯਾਰ ਕਾਲ ਕਰਨੀ ਮੈਂ, ਫੜਾ ਕਿੱਥੇ ਦੱਸ ਫੋਨ, ਜਾ ਫੜਾ ਯਾਰ। ਆ ਨਹੀਂ ਮੇਰਾ ਫੋਨ ਦੇ, ਤੁਹਾਡਾ ਫੋਨ ਹੀ ਹੈ। ਮਜ਼ਾਕ ਨਾ ਕਰ ਯਾਰ, ਤੈਨੂੰ ਮੈਂ ਕਹਿੰਦਾ ਮੇਰਾ ਫੋਨ ਕਿੱਥੇ ਰੱਖਿਆ ਜੀ? ਓਏ ਯਾਰ ਇਹੋ ਹੀ ਫੋਨ ਆ ਤੁਹਾਡਾ, ਇਹੋ ਹੀ ਫੋਨ ਆ, ਵੇਖ ਤੇ ਲਓ, ਚਲੋ ਖੋਲੋ ਆਪਣੇ ਹੱਥਾਂ ਨਾਲ। ਫਾਲਤੂ ਖਰਚਾ ਕਰਦੀ ਰਹਿੰਦੀ, ਫਾਲਤੂ ਖਰਚਾ ਲੱਗਣ ਡਿਆ ਵਾ। ਪਤਾ ਮੇਰੇ ਮਨ ਚ ਕਿੰਨੀ ਖਵਾਇਸ਼ ਸੀ, ਮੈਂ ਜਦੋਂ ਵੀ ਤੁਹਾਡੇ ਹੱਥ ਉਹ ਟੁੱਟਾ ਜਿਹਾ ਫੋਨ ਵੇਖਦੀ ਸੀ ਨਾ, ਤੇ ਮੈਨੂੰ ਬੜਾ ਹੋਰ ਤਰ੍ਹਾਂ ਹੁੰਦਾ ਸੀ ਕਿ ਮੈਂ ਇਹਨਾਂ ਨੂੰ ਫੋਨ ਲੈ ਕੇ ਦੇਵਾਂ। ਪਰ ਮੈਂ ਜਿੰਨੀ ਵਾਰ ਵੀ ਤੁਹਾਨੂੰ ਕਿਹਾ ਤੇ ਤੁਸੀਂ ਮੈਨੂੰ ਮਨਾ ਕਰਤਾ ਕਿ ਨਹੀਂ ਮੈਂ ਅਜੇ ਨਹੀਂ ਲੈਣਾ ਹੈਗਾ, ਹੁਣ ਵਿਆਹ ਤੋਂ ਬਾਅਦ ਤੇ ਮੈਂ ਜਨਾਬ ਤੁਹਾਡੀ ਹੈ ਨਾ, ਤੁਸੀਂ ਮੇਰੇ ਕੋਲ ਚੀਜ਼ ਲੈ ਸਕਦੇ ਹੋ ਨਾ। ਪਰ ਠੀਕ ਆ, ਲੈ ਸਕਦਾ ਵਾਂ, ਪਰ ਮੈਂ ਉਦਣ ਵੀ ਕਿਹਾ ਹੈ ਨਾ ਮੰਮੀ ਨੂੰ ਕਿ ਮੈਨੂੰ ਹਰ ਚੀਜ਼ ਦੀ ਖਵਾਇਸ਼ ਹੈਗੀ ਆ, ਪਰ ਮੈਂ ਸੋਚਦਾ ਵਾਂ ਕਿ ਮੈਂ ਆਪਣੀ ਮਿਹਨਤ ਨਾਲ ਲਵਾਂ ਆਪਣੀ ਕਮਾਈ ਨਾਲ। ਮੈਂ ਸਮਝ ਸਕਦੀ ਹਾਂ ਕਿ ਤੁਹਾਡੀ ਜਿਹੜੀ ਸੋਚ ਹੈ ਨਾ ਉਹ ਬਹੁਤ ਵਧੀਆ ਅਤੇ ਉੱਚੀ ਸੋਚ ਆ, ਪਰ ਇਹ ਵੇਖੋ ਨਾ ਜੋ ਕੁਛ ਮੇਰਾ ਵਾ ਉਹ ਤੁਹਾਡਾ ਵੀ ਤਾਂ ਹੈ ਨਾ, ਹੁਣ ਆਪਾਂ ਦੋਨਾਂ 'ਚ ਕੁਛ ਵੰਡਿਆ ਥੋੜ੍ਹੀ ਆ। ਹੁਣ ਤਾਂ ਜਨਾਬ ਸਦਾ ਵਾਸਤੇ ਤੁਹਾਡੀ ਹੋ ਗਈ ਹੈ ਨਾ, ਅਤੇ ਜੋ ਕੁਛ ਮੇਰਾ ਵਾ ਉਹ ਸਾਰਾ ਕੁਛ ਤੁਹਾਡਾ ਵਾ। ਚੱਲ ਠੀਕ ਆ, ਹੁਣ ਜੋ ਲਿਆਉਂਦਾ ਠੀਕ ਆ, ਪਰ ਅੱਗੇ ਤੋਂ ਮੰਮੀ ਨੂੰ ਕਹਿ ਦਿਓ ਕਿ ਹੋਰ ਕੁਛ ਦੇਣ ਦੀ ਲੋੜ ਨਹੀਂ ਹੈ। ਅੱਗੇ ਉਹਨਾਂ ਨੇ ਕਿੰਨਾ ਕੁਛ ਦੇ ਦਿੱਤਾ, ਮੈਂ ਪਹਿਲਾਂ ਮਨਾ ਕੀਤਾ ਸੀ ਵੀ ਸਾਨੂੰ ਕੁਛ ਨਹੀਂ ਚਾਹੀਦਾ, ਬਾਬਾ ਜੀ ਦੀ ਕਿਰਪਾ ਨਾਲ ਸਾਰਾ ਕੁਛ ਹੈਗਾ ਵਾ। ਅੱਛਾ ਅਮਨ ਮੇਰੀ ਗੱਲ ਸੁਣੋ, ਮੈਂ ਆਪਣੀ ਮਾਂ ਦੀ ਇਕੱਲੀ ਇਕੱਲੀ ਧੀ ਹਾਂ, ਤੁਹਾਨੂੰ ਤਾਂ ਪਤਾ ਹੀ ਆ ਜੋ ਕੁਛ ਵੀ ਉੱਥੇ ਹੈਗਾ ਨਾ ਉਹ ਸਭ ਮੇਰਾ ਹੀ ਆ, ਉਹ ਕੱਲ੍ਹ ਵੀ ਮੇਰਾ ਆ ਅਤੇ ਉਹ ਅੱਜ ਵੀ ਮੇਰਾ ਵਾ। ਨਾਲੇ ਮੇਰੀ ਮਾਂ ਨੂੰ ਤਾਂ ਬਹੁਤ ਰੀਝਾਂ ਵਾ ਕਿ ਮੈਂ ਆਪਣੀ ਧੀ ਨੂੰ ਆਹ ਚੀਜ਼ ਦੇਵਾਂ, ਮੈਂ ਆਪਣੀ ਧੀ ਨੂੰ ਉਹ ਚੀਜ਼ ਦੇਵਾਂ, ਕੋਈ ਵੀ ਐਸੀ ਚੀਜ਼ ਨਾ ਹੋਵੇ ਦੁਨੀਆ 'ਚ ਜਿਹੜੀ ਮੇਰੀ ਧੀ ਕੋਲ ਨਾ ਹੋਵੇ। ਪਰ ਤੁਹਾਨੂੰ ਪਤਾ ਹੀ ਆ ਮੈਨੂੰ ਸਿਰਫ ਇਹ ਸੀ ਕਿ ਮੈਂ ਤੁਹਾਡੀ ਹੋਵਾਂ। ਹੋ ਗਈਆਂ ਨਾ ਸਾਰੀਆਂ ਚੀਜ਼ਾਂ ਪੂਰੀਆਂ, ਹੁਣ ਆ ਚੀਜ਼ਾਂ ਲਿਆਉਣ ਦੀ ਕੀ ਲੋੜ ਹੈ? ਮੈਂ ਤੈਨੂੰ ਮੈਂ ਕਿੰਨੀ ਵਾਰ ਕਿਹਾ ਵਾ
ਕਿ ਮੈਂ ਤੈਨੂੰ ਪਿਆਰ ਕਰਦਾ ਹੁਣ, ਨਾ ਕਿ ਆ ਦੁਨਿਆਵੀ ਚੀਜ਼ਾਂ ਨੂੰ। ਮੈਨੂੰ ਇਹੋ ਜਿਹੀ ਚੀਜ਼ਾਂ ਨਾਲ ਕੋਈ ਪਿਆਰ ਨਹੀਂ ਹੈ। ਮੈਨੂੰ ਤੂੰ ਚਾਹੀਦੀ ਹੈ, ਤੂੰ ਮੈਨੂੰ ਮਿਲ ਗਈ। ਨਾਲੇ ਜਿਹੜਾ ਸਮਾਨ ਉੱਧਰ ਪਿਆ ਵਾ, ਮੰਨਿਆ ਕਿ ਸਾਰਾ ਕੁਝ ਆਪਣਾ ਹੀ ਆ, ਪਰ ਆਪਾਂ ਇੱਧਰ ਥੋੜ੍ਹੀ ਚੁੱਕ ਲਿਆਉਣਾ। ਜੇ ਉੱਧਰ ਜਾਵਾਂਗੇ, ਉੱਧਰ ਵੀ ਤਾਂ ਆਪਾਂ ਹੀ ਵਰਤਣਾ। ਕੋਈ ਗੱਲ ਨਹੀਂ ਅੰਮਾ, ਤੁਸੀਂ ਟੈਨਸ਼ਨ ਨਾ ਲਿਆ ਕਰੋ, ਇਹ ਸਭ ਚੀਜ਼ਾਂ ਤੁਸੀਂ ਮੇਰੇ 'ਤੇ ਛੱਡ ਦਿਉ। ਮੈਨੂੰ ਪਤਾ ਵਾ ਕਿ ਮੈਂ ਕੀ ਲੈ ਕੇ ਆਉਣਾ ਅਤੇ ਕੀ ਨਹੀਂ। ਤੁਸੀਂ ਐਵੇਂ ਨਾ ਫੀਲ ਕਰਿਆ ਕਰੋ, ਚੁੱਪ ਕਰਕੇ ਫੋਨ ਚਲਾਓ। ਤੁਸੀਂ ਇੰਨੀ ਰੀਝ ਨਾਲ ਲੈ ਕੇ ਦਿੱਤਾ ਤੁਹਾਡੀ ਵਾਈਫ ਨੇ। ਮੈਨੂੰ ਪਤਾ ਤੁਹਾਨੂੰ ਇਸ ਫੋਨ ਦੀ ਬਹੁਤ ਰੀਝ ਸੀ, ਇਸ ਕਰਕੇ ਤੁਸੀਂ ਕੋਈ ਟੈਨਸ਼ਨ ਨਾ ਲਓ ਅਤੇ ਚੁੱਪ ਕਰਕੇ ਇਹਨੂੰ ਚਲਾਓ। ਹੁਣ ਕਰ ਲਓ ਕੋਲ, ਹੁਣ ਕਿਹਨੂੰ ਕਰਨੀ ਆ। ਠੀਕ ਆ, ਮੈਂ ਕੋਲ ਕਰਨਾ ਫਿਰ ਹੁਣ। ਠੀਕ ਅਮਨ, ਤੁਹਾਨੂੰ ਜਿਹੜੀ ਜਿਹੜੀ ਚੀਜ਼ਾਂ ਦੀ ਰੀਝ ਹੈ ਨਾ, ਉਹ ਹੁਣ ਮੈਂ ਪੂਰੀਆਂ ਕਰਾਂਗੀ ਤੁਹਾਡੀ ਰੀਝਾਂ। ਸਾਫ ਕਰਦੀ ਆਪਣਾ ਖਾਲੀ ਰੱਖਿਆ। ਅਮਨ ਉੱਥੇ ਖੜਾ, ਇੱਧਰ ਹੋਰ ਸੁਣਾ। ਬਸ ਨਵਾਂ ਫੋਨ ਲੈ ਦਿੱਤਾ ਸ਼ਮੀ, ਆਹ ਤਾਂ ਬੜਾ ਮਹਿੰਗਾ ਫੋਨ ਆਉਂਦਾ, 2 ਲੱਖ ਦਾ। 2 ਲੱਖ ਦਾ ਵਧੀਆ ਨਾ? ਬੜਾ ਵਧੀਆ। ਮੈਂ ਤੈਨੂੰ ਕਹਿ ਦਿਆ ਕਿ ਰਹਿਣ ਦੇ, ਇੰਨਾ ਖਰਚਾ ਕੀ ਕਰਨਾ। ਚੱਲ ਨਹੀਂ ਖਰਚੇ, ਚੁੱਪ ਕੀਤਾ ਰਹਿ, ਆਪਾਂ ਕਿਹੜਾ ਮੂੰਹ ਮੰਗਿਆ। ਪਰ ਫਿਰ ਵੀ ਮੰਮੀ ਚੰਗਾ ਨਹੀਂ ਲੱਗਦਾ ਨਾ। ਉਹ ਚੁੱਪ ਕਰ, ਆਪਾਂ ਮੂੰਹ ਥੋੜ੍ਹਾ ਮੰਗਿਆ, ਉਹਨਾਂ ਨੇ ਤਾਂ ਆਪਣੇ ਆਪ ਦਿੱਤਾ। ਮੇਰੀ ਗੱਲ ਸੁਣ, ਆਪਣੀ ਵੋਟੀ ਨੂੰ ਕਹਿ ਜਿਹੜਾ ਇੰਨਾ ਗਹਿਣਾ ਪਾਇਆ ਉਹਨੇ ਅਲਮਾਰੀ 'ਚ ਸਾਂਭਤਾ ਨਾ, ਉਹਨੂੰ ਕਹਿ ਗਹਿਣਾ ਸਾਰਾ ਮੰਮੀ ਨੂੰ ਫੜਾ ਦੇ। ਕੋਈ ਨਹੀਂ, ਮੈਂ ਕਹਿ ਦੇਣਾ ਤੁਹਾਨੂੰ ਹੀ ਫੜਾਉਣਾ, ਉਹਨੂੰ ਰੱਖਦਾ ਨਾ। ਅਤੇ ਆਪਣਾ ਕਿਹੜਾ ਲਾ ਤੇ ਦੇਖ, 5-6 ਤੋਲੇ ਦਾ ਤਾਂ ਕੜਾ ਹੋਣਾ ਹੀ। ਮੇਰੀ ਗੱਲ ਸੁਣ, ਉਹਨੂੰ ਕਿਸੇ ਗੱਲ ਦਾ ਸ਼ੱਕ ਨਾ ਪਵੇ, ਸਮਝਣ ਡਿਆ? ਤੈਨੂੰ ਮੈਂ ਕਿਹਾ ਸਗਨ ਵਾਲੇ ਲਿਫਾਫੇ, ਉਹਨਾਂ ਦਾ ਕੀ ਕੀਤਾ? ਮੰਮੀ ਬਸ ਕਰੋ, ਲਿਫਾਫੇ ਹੀ ਆ ਕੀ ਆ, ਨਾਲੇ ਘਰ 'ਚ ਹੀ ਆ, ਬਾਹਰ ਥੋੜ੍ਹੀ ਛੱਡ ਆਈ ਆ। ਵਿਸ਼ਦਾਈ ਆ, ਲਿਫਾਫੇ ਨਹੀਂ, ਉਹਨਾਂ ਦੇ ਵਿੱਚ ਨੋਟ ਆ। ਆ ਤਾਂ ਨੋਟ ਘਰੇ ਹੀ ਆ। ਵੇ ਘਰੇ ਨਹੀਂ ਨਾ ਹੈਗੇ, ਉਹ ਨੋਟ ਮੇਰੇ ਕੋਲ ਚਾਹੀਦੇ ਆ, ਘਰੇ ਨਹੀਂ ਚਾਹੀਦੇ। ਕੋਈ ਗੱਲ ਨਹੀਂ, ਤੁਹਾਨੂੰ ਫੜਾ ਦਾਂਗੇ, ਕਹਿ ਦੇਣਾ ਉਹਨੂੰ ਮੈਂ ਫੜਾ ਦੂੰਗੀ। ਅਤੇ ਦੂਜਾ ਫੋਨ ਕਿੱਥੇ? ਪਤਾ ਨਹੀਂ, ਉਹ ਲੱਭਣ ਹੀ ਹੁੰਦਿਆ ਉਹਨੇ ਰੱਖਿਆ ਮੇਰੇ ਨਾਲ। ਵਿਸ਼ਦਾਈ ਆ, ਤੂੰ ਮਾਂ ਮਗਰ ਲੱਗ। ਤੈਨੂੰ ਮੈਂ ਕੀ ਕਹਿਣ ਡਈ ਸੀ, ਇਹ ਰਿਸ਼ਤਾ ਵੀ ਮੇਰੇ ਕਰਕੇ ਹੋਇਆ, ਜੇ ਮੈਂ ਕੁੜੀ ਨੂੰ ਨਾ ਕਰਦੀ ਨਾ, ਫਿਰ ਉਹ ਕੁੜੀ ਨੇ ਘਰ ਆਉਣਾ ਸੀ। ਮੈਂ ਕੀ ਕਹਿਣ ਡਈ ਆ? ਸੁਣਾਉਂਦਿਆਂ ਤੁਹਾਡੀ ਗੱਲ ਸੁਣਾਉਂਦਿਆਂ, ਬਸ ਆ 2 ਲੱਖ ਦਾ ਫੋਨ ਲੈ ਕੇ ਚੁੱਪ ਕਰ ਜਾਣਾ, ਬੋਲ ਕੁਝ। ਮੰਮੀ ਸਾਰਾ ਕੁਝ ਆਪਣਾ ਹੀ ਆ। ਆਪਣਾ? ਪਰ ਆਪਣਾ ਹਜੇ ਹੋਇਆ ਨਹੀਂ,
ਸਮਝਣ ਡਿਆ ਤੂੰ ਕਿ ਮੈਂ ਕੀ ਕਹਿਣ ਡਈ? ਸਮਝ ਗਿਆ ਮੰਮੀ, ਲਿਆ ਮੈਂ ਫੋਨ ਕਰਨਾ ਜ਼ਰੂਰੀ। ਅਮਨ ਹਜੇ ਤਾਂ ਦੋ ਦਿਨ ਹੋਏ ਤੇਰੇ ਵਿਆਹ ਹੋਇਆ ਨੂੰ, ਤੂੰ ਤਾਂ ਰੰਗ ਵੀ ਬਦਲਣੇ ਸ਼ੁਰੂ ਕਰਤੇ। ਨਹੀਂ ਬਦਲੇ ਰੰਗ ਮੰਮੀ, ਤੁਹਾਨੂੰ ਐਵੇਂ ਲੱਗਦਾ? ਲਿਆ ਮੈਂ ਫੋਨ ਕਰਨਾ ਮੰਮੀ। ਤੂੰ ਤਾਂ ਮੈਨੂੰ ਕਹਿੰਦਾ ਸੀ ਕਿ ਮੰਮੀ ਜੋ ਤੁਸੀਂ ਕਹੋਗੇ ਮੈਂ ਉਹ ਕਰੂੰਗਾ, ਤੂੰ ਤਾਂ ਪਹਿਲੀ ਗੱਲ ਤੇ ਭੱਜੀ ਜਾਣ ਡਿਆ। ਜਾਣ ਲੱਗਿਆ ਆਪਣੀ ਵੋਟੀ ਨੂੰ ਕਹਿ ਦੇ ਕਿ ਗਹਿਣਾ ਸਾਰਾ ਆਪਣੀ ਅਲਮਾਰੀ 'ਚ ਨਾ ਸਾਂਭ, ਮੇਰੀ ਮਾਂ ਨੂੰ ਫੜਾ ਦੇ, ਤੇ ਜੇ ਤੂੰ ਨਹੀਂ ਕਹਿ ਸਕਦਾ ਮੈਨੂੰ ਦੱਸ ਦੇ। ਨਹੀਂ ਤੂੰ ਹੀ ਨਾ ਕਹੋ, ਮੈਂ ਕਰਨਾ ਆਪਣੇ ਕੰਮ। ਵੇਖ ਲਾ ਫਿਰ, ਜੇ ਨਾ ਕਿਹਾ ਤੇ ਮੈਂ ਕਹਿ ਦੇਣਾ। ਕਹਿ ਦੂੰਗਾ। ਤੇ ਜੇ ਹੋ ਸਕਿਆ ਤੇ ਆ ਫੋਨ ਦਾ ਮੈਨੂੰ ਵੀ ਸਵਾਦ ਲੈਣ ਦੇ ਹਾਂ ਦੋ ਚਾਰ ਦਿਨ, ਮੈਂ ਵੀ ਤੇ ਵੇਖਾਂ 2 ਲੱਖ ਵਿੱਚ ਐਡੀ ਕਿਹੜੀ ਗੱਲ ਹੁੰਦੀ ਹੈ ਜਿਹੜੀ 5,000 ਵਾਲੇ 'ਚ ਨਹੀਂ ਹੁੰਦੀ। ਕਾਕਾ ਹੌਲੀ ਹੌਲੀ ਵੇਖੀ ਹੁੰਦਾ ਕੀ ਆ, ਐਵੇਂ ਨਹੀਂ ਮੈਂ ਵਿਆਹ ਨੂੰ ਐਡੀ ਛੇਤੀ ਮੰਨ ਗਈ। ਚੱਲ ਤੂੰ ਕੀ ਕਹਿਣਾ, ਇਹਨੂੰ ਮੈਂ ਹੀ ਕਹਿੰਦੀ ਹਾਂ। ਕਿੰਨੇ ਖੁਸ਼ ਹੋਏ ਨਾ ਫੋਨ ਲੈ ਕੇ, ਮੈਂ ਬਸ ਤੁਹਾਨੂੰ ਏਦਾਂ ਹੀ ਖੁਸ਼ ਵੇਖਣਾ ਚਾਹੁੰਦੀ ਹਾਂ। ਹਰ ਉਹ ਕੰਮ ਕਰਾਂਗੀ ਜਿਹਦੇ ਨਾਲ ਤੁਹਾਨੂੰ ਖੁਸ਼ੀ ਮਿਲੇ। ਹਾਂ ਧੀਏ ਕੀ ਕਰਨ ਡਈ ਆ? ਆ ਜਾਓ ਮੰਮੀ ਜੀ। ਹੋਰ ਸੁਣਾ ਮਿਲਤੀ? ਬਸ ਵਧੀਆ ਮੰਮੀ, ਤੁਸੀਂ ਸੁਣਾਓ? ਬਸ ਆ ਬਿੱਲ ਜੇ ਸਾਂਭਣ ਲੱਗੀ ਸੀ ਅਮਨ ਦੇ ਫੋਨ ਦੇ। ਆਹੋ ਫੋਨ ਲੈ ਕੇ ਦਿੱਤਾ। ਹਾਂਜੀ ਮੈਨੂੰ ਕਹਿੰਦਾ ਪੂਰੇ 2 ਲੱਖ ਦਾ ਆ। ਹਾਂਜੀ ਮੰਮੀ ਇੰਨੇ ਕਦਾ ਹੀ ਆ, ਲਾਗੇ ਚਾਗੇ ਹੀ ਆ 2 ਲੱਖ ਦੇ। ਬਹਿ ਜਾ ਮੇਰੀ ਧੀ ਇੱਥੇ। ਪੁੱਤ ਤੈਨੂੰ ਤਾਂ ਪਤਾ ਮਸਾ ਘਰ ਦਾ ਹੀ ਸਰਦਾ, ਕਿੱਥੋਂ ਆਪਾਂ 2 ਲੱਖ ਦਾ ਫੋਨ ਲੈ ਲੈਣਾ ਸੀ। ਬਸ ਰੋਟੀ ਖਾਧੀ ਜਾਵੇ, ਘਰ ਚਲਾਈਦਾ ਹੈ, ਇੰਨਾ ਹੀ ਪੜਾ। ਤਾਤੇ ਮੈਂ ਤੂੰ ਆਪਣੇ ਮੁੰਡੇ ਨੂੰ ਕਿਹਾ ਸੀ ਕਿ ਪੁੱਤ ਐਡੇ ਤਗੜੇ ਘਰ ਦਾ ਰਿਸ਼ਤਾ ਨਹੀਂ ਆਪਾਂ ਲੈਣਾ, ਪਰ ਮੇਰਾ ਪੁੱਤ ਕਹਿੰਦਾ ਨਹੀਂ ਮੰਮੀ ਮੈਂ ਵਿਆਹ ਕਰਵਾਉਣਾ ਅਤੇ ਉਹਦੇ ਨਾਲ ਹੀ ਕਰਵਾਉਣਾ। ਮੈਂ ਕਿਹਾ ਉਹਨਾਂ ਦਾ ਕਿੱਡਾ ਵੱਡਾ ਘਰ ਅਤੇ ਸਾਡਾ ਮਾੜਾ ਮੋਟਾ, ਕੀ ਕੁੜੀ ਇੱਥੇ ਰਹਿ ਪਾਊਗੀ? ਇਹ ਤਾਂ ਨਾ ਹੋਵੇ ਤੈਨੂੰ ਕੱਲ੍ਹ ਨੂੰ ਕਹਿ ਦੇਵੇ ਕਿ ਮੈਂ ਨਹੀਂ ਇਸ ਘਰ 'ਚ ਰਹਿਣਾ, ਮੈਨੂੰ ਆਪਣੇ ਪੇਕੇ ਹੀ ਲੈ ਜਾ। ਨਹੀਂ ਨਹੀਂ ਮੰਮੀ ਜੀ, ਤੁਸੀਂ ਕਿੱਦਾਂ ਦੀਆਂ ਗੱਲਾਂ ਕਰਨ ਦੇ ਹੋ, ਇੱਦਾਂ ਦੀ ਸੋਚ ਨਾ ਸੋਚਿਆ ਕਰੋ ਤੁਸੀਂ। ਮੈਂ ਤਾਂ ਇਸ ਘਰ 'ਚ ਆਣ ਕੇ ਬਹੁਤ ਖੁਸ਼ ਹਾਂ, ਮੈਂ ਇਸ ਘਰ ਨੂੰ ਪਿਆਰ ਨਹੀਂ ਕਰਦੀ, ਮੇਰਾ ਪਿਆਰ ਅਮਨ ਨਾਲ ਆ। ਮੈਂ ਬਹੁਤ ਖੁਸ਼ ਹਾਂ ਮੰਮੀ ਕਿ ਮੇਰਾ ਵਿਆਹ ਉਹਨਾਂ ਨਾਲ ਹੋਇਆ ਵਾ, ਜੋ ਮੈਂ ਚਾਹਿਆ ਉਹ ਮੈਂ ਪਾ ਲਿਆ।
ਪਰ ਮੈਂ ਪੁੱਤ ਬੜੀ ਸ਼ਰਮਿੰਦਾ। ਕਿਹੜੀ ਗੱਲ ਮੰਮੀ? ਪੁੱਤ ਸਾਰੇ ਵਿਆਹ ਦੇ ਖਰਚਾ ਤੋਂ ਹੀ ਚੁੱਕਿਆ। ਆਪਾਂ ਤੇ ਕਿਹਾ ਸੀ ਆ ਸਾਡੇ ਸਾਹਮਣੇ ਮਾੜਾ ਜਿਹਾ ਜੰਝ ਘਰ ਸੀ, ਚੱਲ ਉੱਥੇ ਸਖਲ ਲਾ ਲੈਂਦੇ। ਤੇਰੀ ਮੰਮੀ ਨੇ ਕਿਹਾ ਕਿ ਤੁਸੀਂ ਫਿਕਰ ਹੀ ਨਾ ਕਰੋ, ਵਿਆਹ ਤੋਂ ਪਹਿਲਾਂ ਆਪਾਂ ਸਖਲ ਲਾ ਲੈਂਦੇ। ਮੰਮੀ ਤੁਸੀਂ ਕਿਉਂ ਸੋਚਦੇ ਜੇ ਇੱਦਾਂ ਦੀਆਂ ਚੀਜ਼ਾਂ? ਫਿਰ ਕੀ ਹੋ ਗਿਆ? ਜੇ ਮੰਮੀ ਨੇ ਲਾਤੇ ਤੇ ਤਾਂ ਵੀ ਕੋਈ ਗੱਲ ਨਹੀਂ ਹੈ, ਤੁਸੀਂ ਲਾਤੇ ਮੰਮੀ ਨੇ ਲਾਤੇ ਇੱਕ ਹੀ ਗੱਲ ਆ ਮੰਮੀ, ਇੱਦਾਂ ਦੀ ਗੱਲ ਦੁਬਾਰਾ ਨਾ ਕਰਿਓ। ਅਸੀਂ ਕੁਝ ਵੰਡਿਆ ਥੋੜਾ ਆਪਸ ਵਿੱਚ, ਮੈਂ ਤੁਹਾਡੀ ਧੀ ਹਾਂ ਮੰਮੀ, ਹੁਣ ਤੁਸੀਂ ਮੇਰਾ ਜੋ ਵੀ ਹੈਗਾ ਨਾ ਉਹ ਸਾਰਾ ਆਪਣਾ ਹੀ ਸਮਝੋ। ਬੜੀ ਚੰਗੀ, ਮੈਂ ਬੜੀ ਭਾਗਾਂ ਵਾਲੀ ਹਾਂ ਜਿਹਨੂੰ ਇਹੋ ਜਿਹੀ ਨੂੰਹ ਮਿਲੀ ਆ। ਨਹੀਂ ਤਾਂ ਅੱਜ ਕੱਲ੍ਹ ਨੂੰਹਾਂ ਕਹਿੰਦੀਆਂ ਜੋ ਕੁਝ ਸਾਡਾ ਢਾਡਾ ਥੋੜਾ। ਤੂੰ ਤਾਂ ਇਹ ਕਹਿਣ ਡਈ ਆ ਕਿ ਜੋ ਕੁਝ ਸਾਡਾ ਸਾਰਿਆਂ ਦਾ। ਹਾਂਜੀ ਮੰਮੀ, ਬਿਲਕੁਲ ਸਾਰਿਆਂ ਦਾ। ਮੈਂ ਕਿੱਥੇ ਲੈ ਜਾਣਾ ਮੰਮੀ, ਤੁਹਾਨੂੰ ਪਤਾ ਮੇਰੀ ਮਾਂ ਦੇ ਵੀ ਬੜੇ ਅਰਮਾਨ ਸੀ ਕਿ ਮੇਰੀ ਬਸ ਧੀ ਖੁਸ਼ ਰਵੇ, ਜੋ ਕੁਝ ਵੀ ਹੈਗਾ ਬਸ ਇਹਦਾ ਹੀ ਆ। ਤੇ ਤੁਹਾਨੂੰ ਪਤਾ ਉਹਨੇ ਵਿਚਾਰੀ ਨੇ ਕਿੱਥੇ ਲੈ ਜਾਣਾ, ਹੁਣ ਜੋ ਕੁਛ ਉੱਥੇ ਦਾ ਵਾ ਉਹ ਮੇਰਾ ਹੀ ਆ। ਕੋਈ ਗੱਲ ਨੀ ਪੁੱਤ, ਕੋਈ ਗੱਲ ਨੀ, ਬਾਕੀ ਤੇਰਾ ਜਦੋਂ ਦਿਲ ਕਰੇ ਨਾ ਪੇਕੇ ਜਾਣ ਨੂੰ, ਹਾਂਜੀ, ਤੇ ਚੱਲ ਜਾ ਕਰੇ। ਚੰਗਾ ਮੰਮੀ ਜੀ। ਤੇ ਪੁੱਤ ਤੁਸੀਂ ਕਿੰਨੇ ਚੰਗੇ ਹੋ। ਪੁੱਤ ਉੱਥੋਂ ਵੱਡਾ ਫਰਿੱਜ ਕਰਕੇ ਕਿਉਂ ਲਾ ਲਿਆ? ਸਾਡਾ ਤੇ ਉਹੀ ਫਰਿੱਜ ਸਹੀ ਸੀ ਜਿਹੜਾ ਰਸੋਈ ਚ ਲੱਗਾ। ਮੰਮੀ ਹੁਣ ਗਰਮੀ ਆਉਂਦੀ ਅੱਗੇ ਅੱਗੇ, ਮੈਨੂੰ ਏਦਾਂ ਲੱਗਦਾ ਪਿਆ ਸੀ ਕਿ ਛੋਟੀ ਫਰਿੱਜ ਕੂਲਿੰਗ ਨਹੀਂ ਕਰੇਗੀ, ਉਹ ਮਾੜੀ ਮੋਟੀ ਜਿਹੀ ਚੱਲਣ ਡਈ ਆ, ਇਸ ਕਰਕੇ ਮੈਂ ਨਾਲੇ ਵੱਡੀ ਮੰਮੀ ਨੇ ਵਰਤਣ ਨੂੰ ਹੀ ਦਿੱਤੀ ਆ, ਉਹਨੂੰ ਆਪਾਂ ਕਿਤੇ ਪੈਕ ਕਰਕੇ ਥੋੜਾ ਰੱਖੀ ਜਾਣਾ ਵਾ, ਵਰਤੋ ਉਹਨੂੰ। ਲੈ ਪੁੱਤ ਇਹ ਤੂੰ ਕਿਹੜੀ ਗੱਲ ਕਹੀ, ਉੱਥੋਂ 20 ਰੁਪਈਆਂ ਦੀ ਬਰਫ਼ ਲੈ ਆਈ ਦੀ ਸੀ ਤੇ ਰੈਬਰ 'ਚ ਪਾ ਲਈ ਦੀ ਸੀ, ਸਾਰਾ ਦਿਨ ਪਾਣੀ ਨਹੀਂ ਸੀ ਮੁੱਕਦਾ ਹੁੰਦਾ। ਪੁੱਤ ਤੂੰ ਫਿਕਰ ਨਾ ਕਰ। ਅੱਛਾ ਪੁੱਤ ਮੇਰੀ ਗੱਲ ਸੁਣ, ਉਹ ਜਿਹੜਾ ਤੇਰੀ ਮੰਮੀ ਨੇ ਨਾ ਗਹਿਣਾ ਪਾਇਆ ਸੀ ਉਹ ਕਿੱਥੇ ਹੈਗਾ ਪੁੱਤਰ? ਮੰਮੀ ਜੀ ਉਹ ਮੈਂ ਅਲਮਾਰੀ 'ਚ ਰੱਖ ਲਿਆ ਵਾ, ਸਾਰਾ ਮੇਰੇ ਕੋਲ ਹੀ ਹੈ। ਨਾ ਪੁੱਤ ਉਹ ਨਾ, ਤੂੰ ਗਹਿਣਾ ਮੈਨੂੰ ਦੇ ਦੇ, ਮੇਰੇ ਕੋਲ ਸਾਂਭਿਆ ਰਹੇਗਾ, ਹੈ ਤਾਂ ਤੂੰ ਨਿਆਣੀ ਹੈ ਨਾ, ਫਿਰ ਹੈਗਾ ਵੀ ਇੰਨਾ ਭਾਰਾ ਭਾਰਾ। ਹਾਂਜੀ ਤੇ ਕੁਝ ਸਾਂਭਿਆ ਨਹੀਂ ਜਾਣਾ ਪੁੱਤ। ਕੋਈ ਗੱਲ ਨਹੀਂ ਮੰਮੀ ਜੀ, ਮੈਂ ਤੁਹਾਨੂੰ ਫੜਾ ਦਿੰਦੀ ਹਾਂ, ਤੁਸੀਂ ਸਾਰਾ ਰੱਖ ਲਿਓ, ਜਦੋਂ ਮੈਂ ਕੋਈ ਚੀਜ਼ ਪਾਉਣੀ ਹੋਏਗੀ ਤੇ ਮੈਂ ਤੁਹਾਡੇ ਕੋਲ ਮੰਗ ਲਿਆ ਕਰਾਂਗੀ, ਕੋਈ ਗੱਲ ਨਹੀਂ। ਸਾਰਾ ਫੜਾ ਦੇ। ਸਗੋਂ ਚੰਗਾ ਮੰਮੀ, ਤੁਸੀਂ ਮੈਨੂੰ ਸਮਝਾ ਦਿੱਤਾ, ਮੇਰੇ ਕੋਲ ਕਿਹੜਾ ਸਾਂਭਿਆ ਜਾਣਾ ਸੀ, ਮੇਰਾ ਤੇ ਚੇਤਾ ਵੀ ਉਹੋ ਜਿਹਾ ਹੀ ਆ। ਕੋਈ ਗੱਲ ਨਹੀਂ ਪੁੱਤ, ਤੂੰ ਰੁਮਾਨ ਕਰ ਤੇ ਮੈਨੂੰ ਬਾਜ਼ਾਰੋਂ ਹੋ ਕੇ ਆਈ। ਮੰਮੀ ਤੁਸੀਂ ਬਾਜ਼ਾਰ ਚੱਲੇ ਹੋ? ਪੁੱਤਰ ਆ ਪਤਾ ਨਹੀਂ ਮੇਰਾ ਮੋਬਾਈਲ ਖਰਾਬ ਹੋ ਗਿਆ, ਇਹਦਾ ਵੇਖ ਵਿਆਹ 'ਚ ਡਿੱਗ ਪਿਆ, ਸਾਰਾ ਟੁੱਟ ਗਿਆ, ਤੇ ਮੈਂ ਕਿਹਾ ਚੱਲ ਇਹਨੂੰ ਠੀਕ ਕਰਵਾ ਲੈਂਦੇ। ਮੰਮੀ ਇਹਦਾ ਵੀ ਠੀਕ ਹੋਣਾ ਵਾ? ਨਾ ਨਾ ਪੁੱਤ, ਇਹ ਮੈਂ 2000 ਦਾ ਲਿਆ ਸੀ, ਪਤਾ ਕੀ ਜਦੋਂ ਅਮਨ ਕੋਲ ਪੈਸਾ ਵੱਜ ਜਾਂਦਾ ਸੀ ਜਾਂ ਰਾਜੂ ਕੋਲ ਪੈਸਾ ਵੱਜ ਜਾਂਦਾ ਸੀ ਉਹ ਮੈਨੂੰ ਦੇ ਦਿੰਦੇ ਹੁੰਦੇ ਸੀ, ਤੇ ਮੈਂ ਜੋੜ ਕੇ ਫਿਰ ਪੁਰਾਣਾ ਹੀ ਫੋਨ ਲੈ ਲਿਆ, ਟਾਈਮ 'ਤੇ ਪਾਸ ਪੁੱਤ ਕਰਨਾ ਹੀ ਸੀ। ਮੰਮੀ ਜੀ ਕੋਈ ਗੱਲ ਨਹੀਂ, ਤੁਸੀਂ ਚਿੰਤਾ ਨਾ ਕਰੋ, ਮੈਂ ਤੁਹਾਨੂੰ ਨਵਾਂ ਫੋਨ ਲਿਆ ਦਾਂਗੀ, ਛੱਡੋ ਪਰੇ ਤੁਸੀਂ ਇਹਦਾ ਵੀ ਠੀਕ ਕਰਾਉਣਾ ਵਾ, ਉਹ ਤਾਂ ਵਿਚਾਰਾ ਅੱਗੇ ਖਰਾਬ ਹੋਇਆ ਪਿਆ ਸਾਰਾ। ਨਾ ਸ਼ੰਮੀ, ਮੈਂ ਪੁੱਤ ਤੇਰੇ 'ਤੇ ਇੰਨਾ ਬੋਝ ਨਹੀਂ ਦੇਣਾ ਚਾਹੁੰਦੀ, ਤੂੰ ਸੋਚੇਂਗੀ
ਮੇਰੀ ਸੱਸ ਕਿਸ ਤਰ੍ਹਾਂ ਦੀ ਆ? ਪਹਿਲਾਂ ਮੈਂ ਆਪਣੇ ਆਦਮੀ ਨੂੰ ਫੋਨ ਲੈ ਕੇ ਦਿੱਤਾ ਤੇ ਹੁਣ ਮੈਂ ਆਪਣੀ ਸੱਸ ਨੂੰ। ਓਹੋ ਮੰਮੀ ਜੀ, ਤੁਸੀਂ ਕਿੱਦਾਂ ਦੀਆਂ ਗੱਲਾਂ ਕਰਨ ਡੇ ਹੋ? ਕੋਈ ਗੱਲ ਹੀ ਨਹੀਂ ਆ, ਫੋਨ ਦੀ ਕਿਹੜੀ ਗੱਲ ਆ, ਮੈਂ ਸ਼ਾਮੀ ਆਰਡਰ ਕਰ ਦਿੰਦੀ ਹਾਂ। ਤੇਰੀ ਮੰਮੀ ਕੀ ਸੋਚੂਗੀ ਪੁੱਤ ਕਿ ਮੈਂ ਕਿਸ ਘਰ ਕੁੜੀ ਦੇ ਦਿੱਤੀ? ਸਿਰਫ ਤੂੰ ਅਮਨ ਦੇ ਨਾਲ ਪਿਆਰ ਕਰਕੇ ਸਾਨੂੰ ਵੀ ਤੂੰ ਇਹ ਸਭ ਕੁਛ ਲੈ ਕੇ ਦੇਈ ਜਾਂਦੀ। ਅਮਨ ਤੱਕ ਤਾਂ ਠੀਕ ਸੀ ਪੁੱਤ, ਪਰ ਸਾਨੂੰ ਨਾ ਲੈ ਕੇ ਦੇ। ਕੋਈ ਗੱਲ ਨਹੀਂ, ਜਿਸ ਰਾਹ 'ਚ ਆਪਾਂ ਹੈਗੇ ਹਾਂ ਸਾਨੂੰ ਰਹਿਣ ਦੇ, ਤੂੰ ਅਤੇ ਅਮਨ ਖੁਸ਼ ਰਹੋ ਬਸ। ਤੁਹਾਡੇ ਵਰਗੀ ਸੱਸ ਮੈਨੂੰ ਮਿਲੀ ਹੈ, ਪਤਾ ਮੈਂ ਕਿੰਨੀ ਕਿਸਮਤ ਵਾਲੀ ਹਾਂ। ਤੁਸੀਂ ਮੇਰੇ 'ਤੇ ਛੱਡ ਦਿਓ ਬਸ, ਐਵੇਂ ਬਹੁਤੀਆਂ ਟੈਨਸ਼ਨਾਂ ਨਾ ਲਿਆ ਕਰੋ, ਖੁਸ਼ ਰਿਹਾ ਕਰੋ, ਹੁਣ ਸਾਰਾ ਕੁਛ ਵਧੀਆ ਹੋ ਜਾਣਾ। ਮੈਂ ਆ ਗਈ ਹਾਂ ਨਾ ਮੰਮੀ ਇੱਥੇ, ਬਸ ਹੁਣ ਤੁਸੀਂ ਵੇਖੀ ਜਾਇਓ। ਚੱਲ ਠੀਕ ਹੈ ਪੁੱਤ, ਤੁਸੀਂ ਬਾਜ਼ਾਰ ਨਹੀਂ ਲੈ ਕੇ ਜਾਣਾ ਇਹਨੂੰ, ਠੀਕ ਹੈ? ਹਾਂ ਠੀਕ ਹੈ, ਅਤੇ ਚੱਲ ਤੂੰ ਰਮਾਨ ਕਰ ਹੁਣ ਥੋੜ੍ਹੀ ਦੇਰ, ਠੀਕ ਹੈ? ਹਾਂਜੀ, ਕੋਈ ਰੈਸਟ ਕਰ ਲਈ। ਮੈਂ ਨਾ ਨਾਲੇ ਵਿਮਲ ਦੀਦੀ ਕੀ ਕਰਦੇ ਪਏ? ਕੁਝ ਨਹੀਂ, ਕਰਨਾ ਕੀ ਪੁੱਤ, ਉਹੀ ਘਰਾਂ ਦੇ ਕੰਮ। ਹਾਂਜੀ, ਉਹ ਰਸੋਈ ਸਾਂਭਣ ਡਈ ਆ, ਅਤੇ ਮੈਨੂੰ ਕਹਿੰਦੇ ਸੀ ਮੰਮੀ ਪੋਚੇ ਲਾ ਦਿਓ। ਕੋਈ ਗੱਲ ਨਹੀਂ ਮੰਮੀ, ਮੈਂ ਕਰਵਾ ਦਿੰਦੀ ਹਾਂ ਰਸੋਈ ਦਾ ਥੋੜ੍ਹਾ ਬਹੁਤਾ। ਪੁੱਤ ਨਾ, ਤੁਹਾਡੇ ਘਰ ਤਾਂ ਮੈਂ ਵੇਖਿਆ ਹਰ ਕੰਮ ਨੂੰ ਨੌਕਰ ਲੱਗਾ, ਅਤੇ ਤੂੰ ਨਾ ਰਸੋਈ 'ਚ ਵੜੀ। ਮੰਮੀ ਫਿਰ ਕੀ ਹੋ ਗਿਆ, ਹੁਣ ਇਹ ਮੇਰਾ ਘਰ ਆ, ਜੇ ਮੈਨੂੰ ਇੱਥੇ ਕੰਮ ਕਰਨਾ ਪਏਗਾ ਤਾਂ ਮੈਂ ਜ਼ਰੂਰ ਕਰਾਂਗੀ। ਨਾ ਪੁੱਤ, ਤੇਰੇ ਹੱਥ ਦੇ ਕਿੱਡੇ ਸੋਹਣੇ ਆ, ਕਿੰਨੇ ਕੂਲੇ ਕੂਲੇ, ਇੰਨਾ ਹੱਥਾਂ ਨਾਲ ਕੰਮ ਨਾ ਕਰੀ ਤੂੰ। ਕੋਈ ਗੱਲ ਨਹੀਂ, ਮੈਂ ਹੈਗੀ ਹੈ ਨਾ, ਮੈਂ ਔਖੀ ਸੌਖੀ ਆਪੇ ਕੰਮ ਕਰ ਲੈਂਦੀ ਹੁੰਦੀ ਹਾਂ, ਠੀਕ ਹੈ? ਤੂੰ ਫਿਕਰ ਨਾ ਕਰ, ਜੇ ਕਿਤੇ ਮੇਰੇ ਕੋਲ ਵੀ ਫਾਲਤੂ ਪੈਸਾ ਹੋਵੇ ਮੈਂ ਵੀ ਇੱਕ ਕੰਮ ਵਾਲੀ ਲਾ ਲਵਾਂ। ਆਏ ਰੱਬ ਆ, ਬਣਾਉਣਾ ਸ਼ੇਕ ਬਣਾਉਣ ਲੱਗ ਪਈ ਸੀ ਤੇ ਆ ਮੇਰੀ ਗੱਲ ਸੁਣ, ਇਹ ਖੰਡ ਪੱਤੀ ਤੇਰਾ ਪਿਓ ਉੱਥੇ ਬੋਰੀਆਂ ਸੁੱਟ ਕੇ ਜਾਂਦਾ ਹੈ ਕਿ ਤੇਰਾ ਪਿਓ ਸਿਲੰਡਰ ਭਰਵਾ ਕੇ ਜਾਂਦਾ ਹੈ? ਮੇਰੀ ਗੱਲ ਸੁਣ ਲਾ, ਇਹ ਨਾ ਸੋਚੀ ਆ ਚਾਰ ਦਿਨ ਹੋਏ ਇਹਨਾਂ ਦੇ ਵਿਆਹ ਨੂੰ, ਤਾਂ ਤੈਨੂੰ ਖੁੱਲ ਮਿਲ ਗਈ ਆ, ਜਿਸ ਤਰ੍ਹਾਂ ਤੂੰ ਅੱਗੇ ਰਹਿੰਦੀ ਨਾ ਉਸੇ ਤਰ੍ਹਾਂ ਰਹਿ, ਨਹੀਂ ਤਾਂ ਮੌਰ ਮੌਰ ਕੇ ਚਪੇੜਾ ਨਾ ਤੇਰਾ ਮੂੰਹ ਸਿੱਧਾ ਕਰ ਦੇਣਾ। ਇਹ ਭੁੱਲੀ ਨਾ ਆ ਚਾਰ ਦਿਨਾਂ ਲਈ ਆਪਣੀ ਤੂੰ ਚਤਰਾਈ ਵਿਖਾਉਣ ਲੱਗ ਪਈ ਆ ਨਾ। ਮੰਮੀ ਜੀ ਮੈਂ ਕੀ ਕੀਤਾ ਵਾ? ਆ ਕੀ ਹੋਣ ਡਿਆ ਸੀ, ਤੇ ਸਵੇਰੇ ਤੈਨੂੰ ਮੈਂ ਕਿਹਾ ਸੀ ਕਿ ਉਹਨੂੰ ਬਨਾਨਾ ਸ਼ੇਕ ਬਣਾ ਕੇ ਦੇ ਗਿਆ, ਉਹ ਆਲੂ ਵਾਲੀ ਰੋਟੀ ਖਾਂਦੀ ਆ ਉਹਨੂੰ ਦੇ ਗਿਆ, ਤੇ ਹਜੇ ਤੱਕ ਤੇਰੀਆਂ ਰੋਟੀਆਂ ਨੇ ਬਣੀਆਂ। ਮੰਮੀ ਜੀ ਰੋਟੀ ਤੇ ਬਣ ਗਈ ਆ, ਬਨਾਨਾ ਸ਼ੇਕ ਆ ਵੀ ਕੋ ਬਣਾਉਣ ਡਈ ਆ ਹੁਣੇ। ਅੱਛਾ ਮੇਰੀ ਗੱਲ ਸੁਣ, ਆ ਵੇਲਾ ਆ ਗੈਸ, ਦੂਜੀ ਗੱਲ ਅਲਾ ਡਾਇਮੰਡ ਦੇ ਫਿਰ ਮੈਂ ਸਿਰਫ ਕਿਹਾ ਸੀ ਵਿਆਹ ਚ ਹੀ ਪਾਉਣੇ,
ਬਾਅਦ ਚ ਮੈਨੂੰ ਦੇ ਦਿੰਦੇ ਆ ਤੇ ਬੜੀ ਮਲ ਮਾਰ ਕੇ ਬਹਿ ਗਈ ਆ। ਛੇਤੀ ਫੜਾ ਲਾ ਹਾਂਡੇ। ਮੰਮੀ ਜੀ ਕੰਨ ਵੀ ਤੇ ਇੱਦਾਂ ਹੀ ਆ ਨਾ ਮੇਰੇ, ਇਹ ਮੇਰੇ ਪੇਕਿਆਂ ਦੇ ਹੀ ਆ। ਅੱਛਾ ਤੇਰੇ ਪੇਕਿਆਂ ਦੇ ਆ, ਤਦ ਤੂੰ ਪਾਏ ਆ? ਉਹ ਤਾਂ ਸਿਰਫ ਮੈਂ ਵਖਾਵਾ ਕਰਨਾ ਸੀ ਰੋਟੀ ਕਾੜੇ ਕਿ ਤੈਨੂੰ ਕਾਂਡੇ ਅੱਪਾ ਲੈ ਕੇ ਦਿੱਤੇ ਆ। ਲਾ ਛੇਤੀ ਕਰ ਫੜਾ, ਐਡੀਆਂ ਮਹਿੰਗੀਆਂ ਚੀਜ਼ਾਂ ਤੇਰੇ ਦਿਨ, ਛੇਤੀ ਲਾ ਜਲਦੀ ਫੜਾ, ਚੱਲ ਚੱਲ ਫੜਾ ਛੇਤੀ ਕਰ, ਮੁੰਦਰੀ ਵੀ ਲਾ ਮੁੰਦਰੀ ਵੀ ਲਾ। ਇੱਕ ਗੱਲ ਹੋਰ, ਜੇ ਸ਼ਮੀ ਨੂੰ ਕਿਸੇ ਵੀ ਗੱਲ ਦਾ ਪਤਾ ਲੱਗਾ ਤੇ ਪਤਾ ਨਾ ਬੋਰੀ ਵਿਸਾ ਚੁੱਕੇ ਤੇਰੇ ਪੇਕੇ ਘੱਲ ਦੇਣਾ ਹੀ, ਤੇ ਤੇਰੀ ਮਾਂ ਵੀ ਬਿਮਾਰ ਆ, ਫਿਰ ਐਵੇਂ ਕਿਤੇ ਮਾਂ ਧੀ ਦਾ ਸਰਬਾ ਨਾ ਲੱਗ ਜੇ ਉਹਨੂੰ, ਪਤਾ ਹੀ ਨਾ ਉਹਨੂੰ ਨਹੀਂ ਦੱਸਣੀ ਕੋਈ ਵੀ ਗੱਲ, ਚੁੱਪ ਕਰਕੇ ਰਹਿਣਾ ਤੇ ਬਹੁਤਾ ਉਹਦੇ ਕੋਲ ਕੋਲ ਨਹੀਂ ਬਹਿਣਾ। ਲੱਗੀ ਸਮਝ? ਠੀਕ ਹੈ ਮੰਮੀ। ਘਰ ਦਾ ਸਾਰਾ ਕੰਮ ਕਰ, ਰਸੋਈ ਸਾਫ ਕਰ, ਬਸ ਅੜੀਆਂ ਅੱਖਾਂ ਲਾਲ ਕਰ ਲਈਆਂ ਨਾ, ਅਥਰੂ ਪਿੱਛੇ ਹੀ ਲੈ ਜਾ, ਨਹੀਂ ਤਾਂ ਫਿਰ ਬੈਲਟ ਤੇ ਆ ਰਹੀ ਆ, ਸੱਚੀ ਮੁੱਚੀ ਤੇ ਕੱਢ ਦੂੰਗੀ ਅਥਰੂ। ਪਤਾ ਨੀ ਕਿੱਦਾਂ ਦਾ ਹਿਸਾਬ ਆ ਇਹਨਾਂ ਲੋਕਾਂ ਦਾ, ਇੱਦਾਂ ਵੀ ਉਹ ਕਰਦੇ ਆ ਜਿੱਦਾਂ ਕੋਈ ਕੋਈ ਨੌਕਰਾਣੀ ਹੁੰਦੀ ਆ। ਮੈਨੂੰ ਵੇਖ ਕੇ ਲੱਗਦਾ ਕਿ ਮੈਂ ਘਰ ਦੀ ਨੂੰਹ ਆ ਇੱਥੇ, ਹਜੇ ਕਿ ਹਰ ਚੀਜ਼ ਮੇਰੇ ਪੇਕਿਆਂ ਨੇ ਮੈਨੂੰ ਦਿੱਤੀ ਆ, ਉਹ ਵੀ ਮੇਰਾ ਹੱਕ ਨਹੀਂ ਹੈਗਾ ਕਿ ਮੈਂ ਪਾ ਸਕਾਂ, ਨਾ ਮੈਂ ਕੁਛ ਦੱਸ ਸਕਦੀ ਹਾਂ ਉੱਥੇ।